please subscribe to our YouTube channel and press the bell icon for the latest updates. ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੈਂ ਹਾਂ ਮਨਦੀਪ ਕੌਰ ਟਾਂਗਰਾ। ਵੈਲਕਮ ਟੂ ਦ ਮਨਦੀਪ ਕੌਰ ਟਾਂਗਰਾ ਸ਼ੋਅ। ਅੱਜ ਸਾਡੇ ਵਿੱਚ ਸਪੈਸ਼ਲੀ ਮੌਜੂਦ ਨੇ ਡਾਕਟਰ ਗੁਰਿੰਦਰ ਸਿੰਘ। ਅੱਜ ਅਸੀਂ ਗੱਲ ਕਰਾਂਗੇ ਪਲਾਸਟਿਕ ਐਂਡ ਕਾਸਮੈਟਿਕ ਸਰਜਰੀ ਦੀ। ਬਹੁਤ ਸਾਰੇ ਸਾਡੇ ਜਿਹੜੇ ਗੈਸਟ ਆ, ਦੇ ਆਰ ਐਂਟਰਪ੍ਰੀਨਿਓਰਸ, ਮੋਸਟਲੀ ਦੇ ਆਰ IAS ਆਫਿਸਰਸ ਔਰ ਦੇ ਆਰ ਓਲੰਪੀਅਨਸ, ਬਟ ਮੈਂ ਇੱਕ ਸਪੈਸ਼ਲ ਸੈਕਸ਼ਨ ਹਮੇਸ਼ਾ ਚਾਹੁੰਦੀ ਕਿ ਅਸੀਂ ਡਾਕਟਰਸ ਨੂੰ ਵੀ ਆਪਣੇ ਸ਼ੋਅ ਦੇ ਵਿੱਚ ਬੁਲਾਈਏ, ਤਾਂ ਕਿ ਅਸੀਂ ਆਪਣੀ ਹੈਲਥ ਦਾ, ਐਮਰਜੈਂਸੀਜ਼ ਦਾ ਕਿੱਦਾਂ ਕੇਅਰ ਕਰਨਾ, ਵੀ ਨੀਡ ਟੂ ਨੋ ਇਟ। ਐਂਡ ਟੂਡੇ ਵੀ ਆਰ ਗੋਇੰਗ ਟੂ ਡਿਸਕਸ ਅ ਸਪੈਸ਼ਲ ਟੋਪਿਕ ਵੇਅਰ ਵੀ ਆਰ ਗੋਇੰਗ ਟੂ ਡਿਸਕਸ ਮੋਰ ਅਬਾਊਟ ਪਲਾਸਟਿਕ ਸਰਜਰੀਜ਼ ਐਂਡ ਕੋਸਮੈਟਿਕ ਸਰਜਰੀ। ਸੋ ਸਰ, ਵੈਲਕਮ ਟੂ ਦ ਸ਼ੋਅ। ਅਸੀਂ ਮੇਨ ਟੋਪਿਕ 'ਤੇ ਆਵਾਂਗੇ, ਉਸ ਤੋਂ ਪਹਿਲਾਂ ਮੈਂ ਆਪਣੀ ਆਡੀਅੰਸ ਨੂੰ ਦੱਸਣਾ ਚਾਹੁੰਦੀ, ਰੀਸੈਂਟਲੀ ਵੀ ਹੈਵ ਡਨ ਅ ਸ਼ੋਅ ਵਿਦ ਡਾਕਟਰ ਜਸਵਿੰਦਰ, ਸਿਟੀ ਡੈਂਟਲ ਕਲੀਨਿਕ। ਸਰ ਨੇ ਸਪੈਸ਼ਲੀ ਮੈਨੂੰ ਰੈਫਰ ਕੀਤਾ ਹੈ ਕਿ ਸਰ ਨੂੰ ਜ਼ਰੂਰ ਬੁਲਾਉਣਾ ਆਪਣੇ ਸ਼ੋਅ ਦੇ ਵਿੱਚ, ਕਿਉਂਕਿ ਇਹਨੂੰ ਜਿਹੜਾ ਅੱਛਾ ਕੰਮ ਕਰ ਰਿਹਾ, ਵਾਕਈ ਅੱਛਾ ਡਾਕਟਰ ਆ, ਪੀਪਲ ਨੋ ਅਬਾਊਟ ਹਿਮ, ਐਂਡ ਜਿਹੜੇ ਉਹਨਾਂ ਦਾ ਫਰੈਂਡ ਸਰਕਲ ਆ ਜਾਂ ਜਿਹੜੇ ਉਹਨਾਂ ਦੇ ਪੇਸ਼ੈਂਟਸ ਆ, ਉਹ ਵੀ ਚਾਹੁੰਦੇ ਕਿ ਉਹਨਾਂ ਦੇ ਥਰੂ ਹੋਰ ਵੀ ਜਾਣਿਆਂ ਦੀ ਜਿਹੜੀ ਆ ਹੈਲਪ ਹੋਵੇ, ਪਲੱਸ ਹੈਲਪ ਦੀ ਗੱਲ ਬਾਅਦ ਵਿੱਚ ਆ ਕਿ ਸਾਨੂੰ ਰਾਈਟ ਗਾਈਡੈਂਸ ਜਿਹੜੀ ਆ ਉਹ ਮਿਲ ਜੇ। ਬੜੇ ਮੈਂ ਪਰਟੀਕੁਲਰ ਕੁਐਸਚਨ ਸਰ ਅੱਜ ਚੂਜ਼ ਕੀਤੇ। ਫਸਟ ਕੁਐਸਚਨ ਮੇਰਾ ਇਹੀ ਆ ਕਿ ਪਲਾਸਟਿਕ ਸਰਜਰੀ ਦੀ ਸਾਨੂੰ ਲੋੜ ਕਦੋਂ ਪੈਂਦੀ ਆ? ਮੈਮ, ਪਲਾਸਟਿਕ ਸਰਜਰੀ ਜਿਹੜੀ ਆ, ਵੈਸੇ ਤਾਂ ਪਲਾਸਟਿਕ ਸਰਜਰੀ ਦਾ ਫੀਲਡ ਬਹੁਤ ਵਾਸਟ ਹੈਗਾ, ਸਿਰ ਦੇ ਵਾਲਾਂ ਤੋਂ ਲੈ ਕੇ ਪੈਰ ਦੇ ਨਹੁੰਆਂ ਤੱਕ ਸਾਡਾ ਫੀਲਡ ਅਸੀਂ ਕਵਰ ਕਰਦੇ ਹਾਂ। ਬਟ ਇਹਦੀਆਂ ਵੀ ਅੱਗੇ ਕਈ ਬ੍ਰਾਂਚਿਸ ਆ ਜਾਂਦੀਆਂ, ਸਬ ਸਪੈਸ਼ਲਿਟੀਜ਼ ਆਫ ਪਲਾਸਟਿਕ ਸਰਜਰੀ। ਜਿਹੜੀਆਂ ਜ਼ਿਆਦਾ ਸਾਨੂੰ ਜ਼ਰੂਰਤ ਪੈਂਦੀ ਹੈ ਉਹ ਹੈਗੀ ਹੈ ਜਿਵੇਂ ਇੱਕ ਰੀਕੰਸਟਰਕਟਿਵ ਸਰਜਰੀ ਹੈ, ਕੋਈ ਵੀ ਇੰਜਰੀ ਹੋ ਗਈ ਕਿਸੇ ਵੀ ਤਰ੍ਹਾਂ ਦੀ, ਕੋਈ ਜ਼ਖਮ ਹੋ ਗਿਆ, ਕੋਈ ਸ਼ੂਗਰ ਨਾਲ ਪੈਰ 'ਤੇ ਜ਼ਖਮ ਹੋ ਗਿਆ, ਉਹ ਸਾਰਿਆਂ ਦਾ ਟ੍ਰੀਟਮੈਂਟ ਜਿਹੜਾ ਉਹ ਰੀਕੰਸਟਰਕਟਿਵ ਸਰਜਰੀ ਦੇ ਵਿੱਚ ਕਵਰ ਹੁੰਦਾ। ਕੋਈ ਫੇਸ ਦੇ ਉੱਤੇ ਸੱਟ ਲੱਗ ਗਈ, ਕੋਈ ਜ਼ਖਮ ਹੋ ਗਿਆ, ਉਹਦਾ ਉਹਨੂੰ ਪ੍ਰੋਪਰਲੀ ਸਟਿਚ ਕਰਨਾ, ਉਹ ਪਲਾਸਟਿਕ ਸਰਜਨ ਦੀ ਜੋਬ ਹੈ, ਤਾਂ ਕਿ ਜਿਹੜੀ ਡਿਸਫਿਗਰਮੈਂਟ ਹੈ ਉਹ ਘੱਟ ਤੋਂ ਘੱਟ ਹੋਵੇ ਅਤੇ ਲਾਈਫ ਜਿਹੜੀ ਆ ਉਹ ਦੁਬਾਰਾ ਤੋਂ ਬੈਕ ਟੂ ਨੋਰਮਲ ਛੇਤੀ ਤੋਂ ਛੇਤੀ ਹੋ ਸਕੇ। ਇਟਸ ਨੋਟ ਓਨਲੀ ਕਿ ਤੁਸੀਂ ਸਿਰਫ ਉਹਨੂੰ ਟਾਂਕੇ ਲਗਾ ਕੇ ਬੰਦ ਕਰਨਾ, ਟਾਂਕੇ ਲਗਾ ਕੇ ਬੰਦ ਕੋਈ ਵੀ ਕਰ ਸਕਦਾ, ਈਵਨ ਕਾਫੀ ਸਾਰੇ ਜ਼ਖਮ ਇੰਜ ਦੇ ਵੀ ਹੁੰਦੇ, ਨਹੀਂ ਵੀ ਟਾਂਕੇ ਲਗਾਓਗੇ ਤਾਂ ਵੀ ਠੀਕ ਹੋ ਜਾਣਗੇ, ਪਰ ਉਹ ਆਪਣੇ ਨਿਸ਼ਾਨ ਜਿਵੇਂ ਦੇ ਛੱਡ ਕੇ ਜਾਣਗੇ। ਪਲਾਸਟਿਕ ਸਰਜਨ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਨਿਸ਼ਾਨ ਜਿਹੜਾ ਉਹ ਘੱਟ ਤੋਂ ਘੱਟ ਰਹੇ। ਰਾਈਟ, ਅਸੀਂ ਜਦੋਂ ਨੋਰਮਲ ਡੇ ਟੂ ਡੇ ਲਾਈਫ ਵਿੱਚ ਗੱਲ ਕਰਦੇ ਹਾਂ, ਅਤੇ ਮੈਂ ਪਹਿਲਾਂ ਥੋੜ੍ਹੀ ਜਿਹੀ ਪਿੰਡਾਂ ਦੀ ਵੀ ਗੱਲ ਕਰ ਲੈਂਦੀ, ਕਿਉਂਕਿ ਸ਼ੋਅ ਸਾਡਾ ਟਾਂਗਰੇ 'ਚ ਰਨ ਹੋ ਰਿਹਾ, ਅਤੇ ਕਈ ਵਾਰੀ ਅਸੀਂ ਆਮ ਹੀ ਸੁਣਿਆ ਕਿ ਜਦੋਂ ਟੋਕੇ ਵਾਲੀ ਮਸ਼ੀਨ ਚੱਲਦੀ ਹੈ ਅਤੇ ਈਵਨ ਲੇਡੀਜ਼ ਦਾ ਵੀ ਹੱਥ ਉਹਦੇ ਵਿੱਚ ਆ ਜਾਂਦਾ, ਰਾਈਟ? ਕਈ ਇੱਦਾਂ ਦੀਆਂ ਯੂਨੋ ਫੈਕਟਰੀਜ਼ ਨੇ, ਇੱਦਾਂ ਦੀਆਂ ਇੰਡਸਟਰੀਜ਼ ਨੇ ਜਿੱਥੇ ਡੇ ਟੂ ਡੇ ਲਾਈਫ ਵਿੱਚ ਬਹੁਤ ਸਾਰੇ ਐਕਸੀਡੈਂਟਲ ਕੇਸਿਸ ਹੁੰਦੇ ਆ ਕਿ ਉਹਦੀ ਬਾਂਹ ਲੱਤ ਗਈ, ਉਹਦਾ ਯੂਨੋ ਪੈਰ ਲੱਤ ਗਿਆ, ਵੱਖਰਾ ਹੀ ਹੋ ਗਿਆ ਉਹ ਸਰੀਰ ਤੋਂ, ਰਾਈਟ? ਸੋ ਅੱਜ ਅਸੀਂ ਇਸ ਤਰ੍ਹਾਂ ਦੀਆਂ ਜਦੋਂ ਦਰਦਨਾਕ ਇੰਜਰੀਜ਼ ਦੇ ਵਿੱਚ ਅਸੀਂ ਚੱਲ ਜਾਂਦੇ ਹਾਂ, ਸਪੈਸ਼ਲੀ ਯੂਨੋ ਸਰ ਇਜ਼ ਅ ਸਰਜਨ, ਉਹਦੇ 'ਤੇ ਅਸੀਂ ਕਿੱਦਾਂ ਕੇਅਰ ਕਰਨੀ ਆ, ਕਿਉਂਕਿ ਉਹ ਇੱਕ ਲਾਈਫ ਟਾਈਮ ਬੰਦੇ ਨੂੰ ਡੀਮੋਟੀਵੇਟ ਕਰ ਦਿੰਦੀ ਚੀਜ਼ ਦਿੰਦਾ ਜਿਹੜਾ ਕਿ ਅਸੀਂ ਅਵੋਇਡ ਕਰ ਸਕਦੇ ਹਾਂ, ਰਾਈਟ? ਸੋ ਸਰ, ਸਪੋਜ਼ ਕੋਈ ਇੱਦਾਂ ਦਾ ਕੇਸ ਹੋ ਗਿਆ ਸ਼ਹਿਰ ਦੇ ਵਿੱਚ, ਪਿੰਡ ਦੇ ਵਿੱਚ, ਕਿ ਜਿੱਥੇ ਬੰਦੇ ਦਾ ਅੰਗ ਜਿਹੜਾ ਵੱਖਰਾ ਹੋ ਗਿਆ, ਉਹਦੀਆਂ ਫਿੰਗਰਸ ਵੱਖਰੀਆਂ ਹੋ ਗਈਆਂ ਨੇ। ਮੈਂ ਇੱਕ ਛੋਟਾ ਜਿਹਾ ਕੇਸ ਮੈਂ ਤੁਹਾਨੂੰ ਦੱਸਦੀ ਹਾਂ ਕਿ ਇੱਕ 3-4 ਈਅਰਸ ਦਾ ਬੱਚਾ ਹੋਣਾ, ਓਵਰ ਕਿਊਟ, ਮੈਂ ਨਾ ਅਗਲੇ ਦਿਨ ਉਹਦੀ ਫੋਟੋ ਦੇਖੀ ਕਿ ਉਹਦੀ ਇੱਕ ਫਿੰਗਰ ਜਿਹੜੀ ਪੂਰੀ ਕੱਟੀ ਗਈ, ਮੇਰੀ ਇੰਪਲੋਈ ਨੇ ਮੈਨੂੰ ਦਿਖਾਈ, ਅਤੇ ਮੈਂ ਵੀ ਉਹਨੂੰ ਇਹੀ ਕਿਹਾ, ਮੈਂ ਕਿਹਾ ਯਾਰ ਤੂੰ ਮੈਨੂੰ ਕੱਲ੍ਹ ਦੱਸਦੀ, ਰਾਈਟ? ਉਸੇ ਵੇਲੇ ਤੂੰ ਮੈਨੂੰ ਦੱਸਦੀ ਇਹਦੀ 'ਤੇ ਫਿੰਗਰ ਜਿਹੜੀ ਉਹ ਜੋੜ ਸਕਦੀ ਸੀ। ਸੋ ਕਈ ਵਾਰੀ ਅਸੀਂ ਨਾ ਇਹੋ ਜਿਹੀਆਂ ਗੱਲਾਂ ਬਿਲਕੁਲ ਇਗਨੋਰ ਕਰ ਦਿੰਦੇ, ਲਾਈਫ ਟਾਈਮ ਜਿਹੜਾ ਸਾਡੇ ਨੂੰ ਇੱਕ ਛੋਟੀ ਛੋਟੀ ਉਂਗਲ ਦਾ ਵੀ ਇੱਕ ਰੋਲ ਹੈਗਾ ਜ਼ਿੰਦਗੀ ਦੇ ਵਿੱਚ। ਇਸੋ ਜਿਹੇ ਕੇਸਿਸ ਦੇ ਵਿੱਚ ਇੱਕ ਤਾਂ ਪ੍ਰੋਪਰ ਕੇਅਰ, ਉਹਨੂੰ ਫਸਟ ਏਡ ਪ੍ਰੋਪਰ ਮਿਲਣੀ, ਦੂਸਰਾ ਉਹਨੂੰ ਟਾਈਮ ਸਿਰ ਹੋਸਪਿਟਲ ਲੈ ਕੇ ਆਉਣਾ, ਕਿਸੇ ਇਹੋ ਜਿਹੇ ਹੋਸਪਿਟਲ ਜਿੱਥੇ ਕਿ ਉਹਨੂੰ ਵਾਪਸ ਜੋੜਨ ਦੀ ਫੈਸਿਲਿਟੀ ਅਵੇਲੇਬਲ ਹੋਵੇ। ਤੀਸਰੀ ਚੀਜ਼, ਉਹਨੂੰ ਪ੍ਰੋਪਰਲੀ ਪ੍ਰਿਜ਼ਰਵ ਕਰਕੇ ਉਹਨੂੰ ਲੈ ਕੇ ਆਉਣਾ। ਕਈ ਵਾਰੀ ਅਸੀਂ ਦੇਖਦੇ ਹਾਂ ਪੇਸ਼ੈਂਟ ਉਹ ਸਿੰਪਲ ਉਹਨੂੰ ਲਿਫਾਫੇ 'ਚ ਜਾਂ ਕਾਗਜ਼ ਦੇ ਵਿੱਚ ਲਪੇਟ ਕੇ ਜੇਬ 'ਚ ਪਾ ਕੇ ਆ ਜਾਂਦੇ ਆ, ਜੇ ਉਹਨੂੰ ਅਸੀਂ ਪ੍ਰੋਪਰਲੀ ਪ੍ਰਿਜ਼ਰਵ ਕਰਕੇ ਉਹਨੂੰ ਟਾਈਮ ਸਿਰ ਅਸੀਂ ਹੋਸਪਿਟਲ ਪਹੁੰਚਾ ਦਾਂਗੇ, ਤਾਂ ਕਾਫੀ ਜ਼ਿਆਦਾ ਚਾਂਸਿਸ ਹੁੰਦੇ ਆ ਕਿ ਅਸੀਂ ਉਹਨੂੰ ਵਾਪਸ ਜੋੜ ਸਕੀਏ। ਬਿਲਕੁਲ, ਜੇ ਉਹ ਜੁੜੇਗਾ ਤਾਂ ਇਟ ਇਜ਼ ਆਰ ਡਿਊਟੀ ਕਿ ਅਸੀਂ ਉਹਨੂੰ ਵਰਕਿੰਗ 'ਚ ਲਿਆਈਏ, ਕਿਉਂਕਿ ਜੇ ਉਹ ਜੁੜ ਕੇ ਕੰਮ ਨਹੀਂ ਕਰਦਾ ਤਾਂ ਫਿਰ ਉਹਦੇ ਨਾਲ ਤਾਂ ਕੱਟਿਆ ਹੋਇਆ ਚੰਗਾ।
ਸਪੈਸ਼ਲੀ ਜੇ ਹੱਥ ਹੈ ਜਾਂ ਉਂਗਲਾਂ ਨੇ, ਜੇ ਉਹ ਜੋੜਨ ਤੋਂ ਬਾਅਦ ਚ ਕੰਮ ਨਹੀਂ ਕਰ ਸਕਦੀ, ਫਿਰ ਉਹਨਾਂ ਨੂੰ ਜੋੜਨ ਦਾ ਕੋਈ ਬਹੁਤਾ ਬੈਨੀਫਿਟ ਨਹੀਂ ਹੁੰਦਾ। ਉਹਦੇ ਨਾਲ ਉੱਥੇ ਫਿਰ ਹੱਥ ਦੇ ਉੱਤੇ ਡੁਪਲੀਕੇਟ ਆਰਟੀਫਿਸ਼ਲ ਹੈਂਡ ਲਗਾ ਕੇ ਤੁਸੀਂ ਅੱਛੇ ਨਾਲ ਕੰਮ ਕਰ ਸਕਦੇ। ਸੇਮ ਚੀਜ਼ ਪੈਰ ਦੀ ਆ, ਪੈਰ ਆਰਟੀਫਿਸ਼ਲ ਪੈਰ ਇੰਨੇ ਵਧੀਆ ਵਧੀਆ ਅਵੇਲੇਬਲ ਹੈਗੇ ਨੇ, ਤੁਸੀਂ ਸੁਣਿਆ ਹੋਣਾ ਸਾਡੇ ਪੈਰਾ ਓਲੰਪੀਅਨਸ ਬਲੇਡਸ ਦੇ ਨਾਲ, ਵੀ ਹੈਵ ਅ ਬਲੇਡ ਰਨਰ ਫਰੋਮ ਆਰ ਕੰਟਰੀ ਮੇਜਰ ਡੀਪੀ ਸਿੰਘ। ਆਫਟਰ ਐਂਪੂਟੇਸ਼ਨ ਜੇ ਬੰਦੇ ਮੈਰਾਥਨ ਭੱਜ ਸਕਦੇ ਨੇ ਤਾਂ ਹੋਰ ਕੀ ਕਰਨਾ, ਹੋਰ ਕੀ ਕਰ ਸਕਦੇ। ਪਰ ਜੇ ਉਹਨੂੰ ਤੁਸੀਂ ਰੀਪਲਾਂਟ ਕੀਤਾ ਤਾਂ ਇਟ ਸ਼ੁੱਡ ਬੀ ਪ੍ਰੋਪਰ ਰੀਪਲਾਂਟ। ਸਾਨੂੰ ਲੱਗਦਾ ਕਿ ਇਮੀਡੀਏਟ ਕਿ ਚਲੋ ਛੋਟੀ ਜਿਹੀ ਫਿੰਗਰ ਕੱਟੀ ਗਈ ਬੱਚਾ ਵਾ, ਅਤੇ ਉਹ ਆਪਾਂ ਇੰਨਾ ਧਿਆਨ ਨਹੀਂ ਇੰਨਾ ਦੇ ਪਾਉਂਦੇ। ਕਈ ਵਾਰੀ ਇਕਨੋਮਿਕਲ ਇਹਨੂੰ ਇਸ਼ੂਜ਼ ਵੀ ਹੋ ਜਾਂਦੇ ਨੇ, ਬਟ ਸਟਿਲ ਇਹ ਆ ਕਿ ਕੋਈ ਵੀ ਇਸ ਤਰ੍ਹਾਂ ਦਾ ਇੰਸੀਡੈਂਟ ਜਦੋਂ ਹੁੰਦਾ, ਇਟ ਇਜ਼ ਵੈਰੀ ਇੰਪੋਰਟੈਂਟ ਕਿ ਅਸੀਂ ਇਹ, ਮੈਂ ਛੋਟੀਆਂ ਚੀਜ਼ਾਂ ਦੀ ਗੱਲ ਕਰ ਰਹੀ, ਵੱਡੀ ਵਾਰੀ ਤਾਂ ਅਸੀਂ ਪਹੁੰਚ ਹੀ ਜਾਂਦੇ ਹਾਂ, ਰਾਈਟ? ਸੋ ਇਹ ਕਿ ਇਟ ਇਜ਼ ਵੈਰੀ ਇੰਪੋਰਟੈਂਟ ਕਿ ਅਸੀਂ ਰਾਈਟ ਜਿਹੜੇ ਉਹ ਸਟੈਪਸ ਲਈਏ, ਜਲਦੀ ਤੋਂ ਜਲਦੀ ਹੋਸਪਿਟਲ ਜਾਈਏ। ਯੂ ਆਰ ਦਾ ਫਸਟ ਸਰਜਨ ਔਨ ਮਾਈ ਸ਼ੋਅ, ਅਤੇ ਬੜਾ ਸੀਰੀਅਸ ਪ੍ਰੋਫੈਸ਼ਨ ਹੈਗਾ। ਸੋ ਦ ਮੋਸਟ ਕ੍ਰਿਟੀਕਲ ਕੇਸਿਸ ਦੀ ਜੇ ਆਪਾਂ ਗੱਲ ਕਰੀਏ, ਤਾਂ ਉਹ ਕਿਸ ਕਿਸ ਤਰ੍ਹਾਂ ਦੇ ਰਹੇ ਤੁਹਾਡੀ ਜਰਨੀ 'ਚ? ਮੈਮ, ਸਾਡੀ ਜਰਨੀ, ਮੈਂ ਅਤੇ ਮੇਰੇ ਕੁਲੀਗ ਡਾਕਟਰ ਗੁਰਵਿੰਦਰ ਔਰਥੋਪੈਡਿਕ ਸਰਜਨ, ਸੋ ਸਾਡੀ ਟੀਮ ਜਿਹੜੀ ਹੈ, ਅਸੀਂ ਸਾਰੇ ਕ੍ਰਿਟੀਕਲ ਕੇਸਿਸ ਹੀ ਸਾਡੇ ਕੋਲ ਪਹੁੰਚਦੇ ਨੇ। ਸਿੰਪਲ ਟਰੋਮਾ ਸਾਡੇ ਕੋਲ ਬਹੁਤ ਘੱਟ ਪਹੁੰਚਦਾ, ਕਿਉਂਕਿ ਉਹ ਸਾਰਾ ਪੈਰੀਫਰੀ ਦੇ ਉੱਤੇ ਟੈਕਲ ਹੋ ਜਾਂਦਾ। ਕਾਫੀ ਸਾਰੇ ਕੇਸਿਸ ਹੁੰਦੇ ਨੇ, ਪਰ ਜਿਹੜਾ ਸਭ ਤੋਂ ਜ਼ਿਆਦਾ ਮੇਰੇ ਦਿਮਾਗ 'ਚ ਆਉਂਦਾ ਉਹ ਸੀਗਾ, ਇੱਕ ਵਰਕਰ ਸੀਗਾ ਫੈਕਟਰੀ ਦੇ ਵਿੱਚ, ਕਟਰ ਦੇ ਵਿੱਚ ਉਹਦੇ ਹੱਥ ਆ ਗਏ, ਦੋਨੋਂ ਹੱਥ ਉਹਦੇ, ਇੱਕ ਹੱਥ ਰਾਈਟ ਹੈਂਡ ਪੂਰਾ ਇੱਥੋਂ ਕੱਟ ਗਿਆ, ਲੈਫਟ ਹੈਂਡ ਦੀਆਂ ਉਂਗਲਾਂ ਚਾਰੇ ਕੱਟ ਗਈਆਂ। ਉਹ ਟਾਈਮ ਸਿਰ ਸਾਡੇ ਕੋਲ ਪਹੁੰਚ ਗਏ। ਐਂਡ ਇਹੋ ਜਿਹੇ ਵੇਲੇ ਕੀ ਹੁੰਦਾ ਕਿ ਜਿਹੜੇ ਫੈਕਟਰੀ ਦੇ ਵਿੱਚ ਕੰਮ ਕਰ ਰਹੇ ਹੁੰਦੇ, ਫੈਕਟਰੀ ਓਨਰ ਜਿਹੜੇ ਆ, ਦੇ ਆਰ ਵੈਰੀ ਰਿਲਕਟੈਂਟ ਟੂ ਗੈਟ ਦਾ ਪੇਸ਼ੈਂਟ ਟ੍ਰੀਟਡ, ਬਟ ਲੱਕੀਲੀ ਉਹਦੇ ਓਨਰ ਜਿਹੜੇ ਸੀਗੇ ਉਹ ਸੈਡ, ਉਹ ਕਹਿੰਦੇ ਕਿ ਕੋਈ ਪ੍ਰੋਬਲਮ ਨਹੀਂ ਹੈ, ਤੁਸੀਂ ਉਹਨੂੰ ਟ੍ਰੀਟ ਕਰੋ। ਸੋ ਅਸੀਂ ਉਹਦੇ ਸਾਰੇ ਜਿਹੜੇ ਪਾਰਟ ਸੀਗੇ ਉਹਨਾਂ ਨੂੰ ਵਾਪਸ ਕੋਸ਼ਿਸ਼ ਕੀਤੀ ਜੋੜਨ ਦੀ। ਆਲਮੋਸਟ 18 ਘੰਟੇ ਦੀ ਮਿਹਨਤ ਤੋਂ ਬਾਅਦ ਚ ਵੀ ਵਰ ਏਬਲ ਟੂ ਪੁੱਟ ਐਵਰੀਥਿੰਗ ਬੈਕ। ਐਂਡ ਉਹਦਾ ਇੱਕ ਫਿੰਗਰ ਲੈਫਟ ਹੈਂਡ ਦੀ ਅਤੇ ਇੱਕ ਛੋਟਾ ਜਿਹਾ ਫਿੰਗਰ ਦਾ ਪਾਰਟ ਰਾਈਟ ਹੈਂਡ ਦਾ ਜਿਹੜਾ ਸੀਗਾ ਉਹ ਡੈਮੇਜ ਹੋਇਆ, ਬਾਕੀ ਸਾਰਾ ਦਾ ਸਾਰਾ ਬਚ ਗਿਆ। 7-8 ਮਹੀਨੇ ਦੇ ਬਾਅਦ ਉਹ ਬੰਦਾ ਜਿਹੜਾ ਸੀਗਾ ਵਾਪਸ ਆਪਣੀ ਸੇਮ ਜੋਬ ਦੇ ਉੱਤੇ ਕੰਮ ਕਰਨ ਦੇ ਲਾਇਕ ਹੋ ਗਿਆ। ਦ ਮੋਸਟ ਇੰਪੋਰਟੈਂਟ ਥਿੰਗ ਕਿ ਕੋਈ ਵੀ ਜਿਹੜਾ ਵਰਕਰ ਹੈ ਸਾਡੇ ਕੋਲ ਆਉਂਦਾ, ਉਹ ਇੰਜਰੀ ਡੈਵਸਟੇਟਿੰਗ ਇੰਜਰੀਜ਼ ਹੁੰਦੀਆਂ ਨੇ ਜਿਹੜੀਆਂ ਤੁਹਾਡੀਆਂ ਲਾਈਫ ਚੇਂਜਿੰਗ ਇਵੈਂਟਸ ਹੋ ਜਾਂਦੀਆਂ ਨੇ, ਬਟ ਜੇ ਇਹੋ ਜਿਹੇ ਇਵੈਂਟ 'ਚੋਂ ਨਿਕਲ ਕੇ ਵਾਪਸ ਉਹ ਆਪਣੀ ਕੰਮ ਕਰਨ ਲੱਗ ਜਾਂਦਾ ਐਂਡ ਵਾਪਸ ਆਪਣੀ ਫੈਮਿਲੀ ਨੂੰ ਸਪੋਰਟ ਕਰਨ ਲੱਗ ਜਾਂਦਾ, ਦੈਟ ਇਜ਼ ਆਈ ਥਿੰਕ ਵੈਰੀ ਦੈਟ ਇਜ਼ ਅਚੀਵਮੈਂਟ ਇਨ ਇਟਸੈਲਫ। ਡਾਕਟਰਸ ਦਾ ਥੋੜ੍ਹਾ ਚਾਮ ਪਾਰਟ ਵੀ ਸਾਨੂੰ ਚਾਹੀਦਾ ਕਿ ਸਰੀਰ 'ਚ ਕਿੰਨੀ ਜਾਨ ਹੁੰਦੀ ਹੈ। ਤੁਸੀਂ ਇਹ ਦੱਸੋ ਕਿ ਹੈ ਨਾ, ਤੁਸੀਂ ਇੱਦਾਂ ਦੇ ਕੇਸਿਸ ਹੈਂਡਲ ਕਰ ਰਹੇ ਹੋ ਕਿ ਪੂਰਾ ਨਾਲੋਂ ਅੰਗ ਲੱਤ ਗਿਆ, ਫਿਰ ਉਹਨੂੰ ਜੋੜਿਆ, ਫਿਰ ਉਹ ਵਰਕਰ ਕੰਮ ਕਰਨ ਲੱਗ ਗਿਆ, ਹੈ ਨਾ। ਇਹਨਾਂ ਸਾਡਾ ਯੂਥ ਜਿਹੜਾ ਵਾ ਉਹਨਾਂ ਨੂੰ ਆਪਣੇ ਐਕਸਪੀਰੀਅੰਸ ਤੋਂ ਦੱਸੋ ਕਿ ਜਿਹੜੀ ਸਾਡੀ ਬੋਡੀ ਆ ਉਹ 'ਚ ਬੜੀ ਜਾਨ ਆ, ਹੀਲ ਕਿੱਦਾਂ ਕਰ ਦਿੰਦੀ ਹੈ ਨਾ। ਮੈਮ, ਰੱਬ ਨੇ ਬਹੁਤ ਵਧੀਆ ਬੋਡੀ ਬਣਾਈ, ਹਾਲੇ ਤੱਕ ਵੀ ਮੈਨੂੰ ਨਹੀਂ ਲੱਗਦਾ ਕਿ ਅਸੀਂ ਇਹਦੇ ਕੋਲ ਬਿਲਕੁਲ ਹੀ ਐਨ ਐਂਡ ਤੱਕ ਇਹਦੀ ਰਿਸਰਚ ਕਰ ਪਾਏ ਹੈਗੇ ਹਾਂ ਬੋਡੀ ਦੇ ਪੋਟੈਂਸ਼ੀਅਲ ਦੀ। ਫਿਜ਼ੀਕਲ ਪਾਵਰ ਐਜ਼ ਵੈਲ ਐਜ਼ ਸਾਡੀ ਮਾਇੰਡ ਦੀ ਪਾਵਰ ਜਿਹੜੀ ਹੈ ਉਹ ਅਸੀਂ ਹਾਲੇ ਤੱਕ ਵੀ ਪੂਰੀ ਤਰ੍ਹਾਂ ਉਹਨੂੰ ਹਾਰਨੈਸ ਨਹੀਂ ਕਰ ਪਾਏ। ਥਕਾਵਟ ਜਿਹੜੀ ਹੈ ਉਹ ਸਾਡੇ ਮਨ 'ਚ ਹੁੰਦੀ ਹੈ, ਜਦੋਂ ਅਸੀਂ ਸੋਚਾਂਗੇ ਕਿ ਥਕਾਵਟ ਹੋ ਗਈ ਹੈ, ਮੈਂ ਥੱਕ ਗਿਆ, ਬਹੁਤ ਕੰਮ ਕਰ ਲਿਆ, ਉਦੋਂ ਥੱਕ ਜਾਂਗੇ। ਅਤੇ ਬੌਸ ਕਹਿੰਦੇ ਹੁੰਦੇ ਸੀਗੇ ਕਿ ਟਿਲ ਨਾਓ ਹਾਰਡ ਵਰਕ ਹੈਜ਼ ਨੈਵਰ ਕਿਲਡ ਐਨੀਬਾਡੀ। ਜਦੋਂ ਮੈਂ 17 ਈਅਰਸ ਦਾ ਸੀਗਾ ਜਦੋਂ ਮੈਡੀਕਲ ਕਾਲਜ ਜੁਆਇਨ ਕੀਤਾ, ਪਹਿਲਾਂ MBBS ਕੀਤੀ, ਫਿਰ ਥੋੜ੍ਹੀ ਦੇਰ ਜੋਬ ਕੀਤੀ, ਫਿਰ MS ਕਰਨ ਲੱਗ ਗਏ, ਫਿਰ ਇੱਕ ਸਾਲ ਜੋਬ ਕੀਤੀ, ਫਿਰ MCH ਜੁਆਇਨ ਕਰ ਲਈ। ਜਦੋਂ ਮੈਡੀਕਲ ਕਾਲਜ 'ਚੋਂ ਨਿਕਲਿਆ ਤਾਂ ਆਈ ਵਾਸ 34 ਈਅਰਸ ਓਲਡ, ਸੋ ਅੱਧੀ ਜ਼ਿੰਦਗੀ ਸਕੂਲ ਵਾਲੀ ਸੀਗੀ ਅਤੇ ਅੱਧੀ ਜ਼ਿੰਦਗੀ ਟ੍ਰੇਨਿੰਗ ਵਾਲੀ ਸੀ। ਦੈਟ ਸਰਜੀਕਲ ਟ੍ਰੇਨਿੰਗ ਉਹ ਤੁਹਾਨੂੰ ਹਾਰਡਨ ਕਰ ਦਿੰਦੀ ਹੈ, ਜਿਵੇਂ ਆਰਮੀ ਦੀ ਕਮਾਂਡੋ ਟ੍ਰੇਨਿੰਗ ਹੈ ਨਾ, ਕਿ ਉਹ ਬੰਦੇ ਨੂੰ ਬਿਲਕੁਲ ਹਾਰਡਨ ਕਰ ਦਿੰਦੀ ਹੈ। ਸੇਮ ਚੀਜ਼ ਸਰਜੀਕਲ ਟ੍ਰੇਨਿੰਗ ਜਿਹੜੀ ਹੈ, ਤੁਹਾਨੂੰ ਯੂ ਲਰਨ ਹਾਊ ਟੂ ਕੰਟਰੋਲ ਯੋਰ ਸਲੀਪ, ਯੂ ਲਰਨ ਹਾਊ ਟੂ ਕੰਟਰੋਲ ਯੋਰ ਹੰਗਰ ਐਂਡ ਯੋਰ ਅਦਰ ਬੋਡੀਲੀ ਰਿਕੁਆਇਰਮੈਂਟਸ। ਵੈਨ ਯੂ ਆਰ ਓਪਰੇਟਿੰਗ ਯੂ ਡੋਂਟ ਰੀਅਲਾਈਜ਼ ਕਿ ਤੁਹਾਨੂੰ ਭੁੱਖ ਵੀ ਲੱਗੀ ਹੋਈ ਹੈ, ਯੂ ਡੋਂਟ ਰੀਅਲਾਈਜ਼ ਕਿ ਤੁਸੀਂ ਵਾਸ਼ਰੂਮ ਵੀ ਜਾਣਾ ਸੀਗਾ।
ਜਿਹੜੀਆਂ ਬੇਸਿਕ ਚੀਜ਼ਾਂ ਨੇ ਉਹ ਤੁਹਾਨੂੰ ਯਾਦ ਨਹੀਂ ਆਉਂਦੀਆਂ। ਐਂਡ ਮੈਂ ਆਪਣੇ ਬੱਚਿਆਂ ਨੂੰ ਵੀ ਇਹੀ ਕਹਿੰਦਾ ਹੁੰਦਾ, ਤੁਸੀਂ ਮੈਡੀਕਲ ਲਾਈਨ 'ਚ ਜਾਂ ਸਰਜੀਕਲ ਬ੍ਰਾਂਚਿਸ ਦੇ ਵਿੱਚ ਜਾਣਾ ਤਾਂ ਹੀ ਜਾਓ ਇਫ ਯੂ ਆਰ ਪੈਸ਼ਨੇਟ ਅਬਾਊਟ ਇਟ। ਜੇ ਤੁਸੀਂ ਪੈਸ਼ਨੇਟ ਹੋ ਇਹਦੇ ਵਾਸਤੇ ਤਾਂ ਯੂ ਵਿਲ ਨੈਵਰ ਗੈਟ ਟਾਇਰਡ, ਯੂ ਵਿਲ ਨੈਵਰ ਫੀਲ ਬੋਰਡ। ਭਾਵੇਂ ਤੁਹਾਨੂੰ 24 ਘੰਟੇ ਬਿਠਾ ਛੱਡੋ ਆਪਰੇਟਿੰਗ ਟੇਬਲ ਦੇ ਉੱਤੇ, ਯੂ ਵਿਲ ਨੈਵਰ ਫੀਲ ਬੋਰਡ, ਕਿਉਂਕਿ ਘਰ 'ਚ ਮਾਹੌਲ ਪੜ੍ਹਾਈ ਵਾਲਾ ਸੀਗਾ। ਅਤੇ ਸਡਨਲੀ 85 ਦੇ ਵਿੱਚ ਮੈਂ 10th ਕੀਤੀ, ਉਦੋਂ ਸਾਡੇ ਪੇਪਰਸ ਜਿਹੜੇ ਸੀ, ਜਿਵੇਂ ਹੁਣ ਕੋਵਿਡ ਦੇ ਟਾਈਮ ਦੇ ਵਿੱਚ ਪੇਪਰਸ ਦਾ ਕੋਈ ਸ਼ਡਿਊਲ ਦਾ ਪਤਾ ਨਹੀਂ ਹੁੰਦਾ, ਸੇਮ ਚੀਜ਼ ਉਦੋਂ ਵੀ ਪੇਪਰ ਸਡਨਲੀ ਪੋਸਟਪੋਨ ਹੋ ਗਏ ਅਤੇ ਅਸੀਂ ਘਰ ਬੈਠੇ ਸੀਗੇ। ਮੇਰੇ ਫਾਦਰ ਮੈਨੂੰ ਕਹਿੰਦੇ ਕਿ ਕਾਕਾ ਹੁਣ ਐਗਜ਼ਾਮ ਪੋਸਟਪੋਨ ਹੋ ਗਏ ਅਤੇ ਕੀ ਕਰਨਾ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਪੜ੍ਹਦੇ ਹਾਂ। ਸੋ ਦੈਟ ਵਾਸ ਦਾ ਟਾਈਮ ਜਦੋਂ ਮੈਂ ਸੀਰੀਅਸ ਹੋਇਆ ਆਪਣੀ ਸਟੱਡੀਜ਼ ਦੇ ਵਾਸਤੇ। ਅਤੇ ਫਿਰ ਜਦੋਂ ਪੜ੍ਹਨ ਲੱਗਿਆ ਅਤੇ ਫਿਰ ਕਮਲਿਆਂ ਵਾਂਗ ਪੜ੍ਹੀ ਗਏ MS ਕਰਕੇ ਫਿਰ ਮੇਰੇ ਫਾਦਰ ਮੈਨੂੰ ਪੁੱਛਦੇ ਤੂੰ ਹੋਰ ਤਾਂ ਨਹੀਂ ਪੜ੍ਹਨਾ। ਮੈਂ ਕਿਹਾ ਜੀ ਦਿਲ ਤਾਂ ਕਰਦਾ, ਕਹਿੰਦੇ ਚੱਲ ਪੜ੍ਹ ਲੈ ਕੋਈ। MCH ਕਰ ਲਈ, MCH ਕਰਕੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ। ਫਿਰ ਦਿਮਾਗ 'ਚ ਆਇਆ ਕਿ ਯਾਰ ਕਈ ਚੀਜ਼ਾਂ ਇੰਝ ਦੀਆਂ ਨੇ ਜਿਹੜੀਆਂ ਕਿ ਸਮਝ ਤੋਂ ਬਾਹਰ, ਸਪੈਸ਼ਲੀ ਐਡਮਿਨਿਸਟ੍ਰੇਸ਼ਨ ਸਮਝ ਤੋਂ ਬਾਹਰ ਹੁੰਦੀਆਂ। ਨਾਲ ਨਾਲ MBA ਕਰਨੀ ਸ਼ੁਰੂ ਕਰ ਦਿੱਤੀ। ਸੋ ਇਟਸ ਲਾਈਕ ਪੜ੍ਹਾਈ ਨਹੀਂ ਛੱਡੀ ਤੁਸੀਂ, ਪੜ੍ਹਾਈ ਕਰਦੇ ਰਹੇ। ਇਟਸ ਲਾਈਕ ਏ ਜਨੂਨ ਕੇ, ਜੇ ਜਨੂਨ ਹੋਵੇ ਦਿਮਾਗ 'ਚ ਤਾਂ ਤੁਸੀਂ ਚੱਲੀ ਜਾਂਦੇ ਹੋ। ਹਾਂ, ਵੈਰੀ ਨਾਈਸ। ਆਪਾਂ ਹੁਣ ਕੋਸਮੈਟਿਕ ਸਰਜਰੀਜ਼ ਦੀ ਗੱਲ ਕਰੀਏ, ਬੜੀਆਂ ਪਾਪੂਲਰ ਹੋ ਗਈਆਂ। ਇੱਦਾਂ ਲੱਗਦਾ ਜਿੱਦਾਂ ਛੋਟੇ ਛੋਟੇ ਕਲੀਨਿਕ 'ਚ ਵੀ ਯੂ ਨੋ ਕੋਸਮੈਟਿਕ ਸਰਜਰੀਜ਼ ਹੋ ਰਹੀਆਂ, ਬਟ ਸਰਜਰੀ ਇਜ਼ ਅ ਸਰਜਰੀ। ਆਈ ਥਿੰਕ ਕਦੀ ਕਦੀ ਮੈਨੂੰ ਲੱਗਦਾ ਕਿ ਛੋਟੀ ਚੀਜ਼ ਲਈ ਵੀ ਤੁਹਾਨੂੰ ਇੱਕ ਸਲੋਨ ਵਰਗੀ ਜਗ੍ਹਾ 'ਤੇ ਜਾਂ ਅਕੈਡਮੀ ਵਰਗੀ ਜਗ੍ਹਾ 'ਤੇ ਐਂਟਰ ਨਹੀਂ ਕਰਨਾ ਚਾਹੀਦਾ। ਇਟ ਇਜ਼ ਵੈਰੀ ਇੰਪੋਰਟੈਂਟ ਕਿ ਅਸੀਂ ਯੂ ਨੋ ਡਾਕਟਰ ਦੀ ਸਲਾਹ ਲਈਏ ਇੱਕ ਇੰਚ ਲਈ ਵੀ ਬੋਡੀ ਦੇ। ਵਾਟ ਡੂ ਯੂ ਥਿੰਕ? ਕੋਸਮੈਟਿਕ ਸਰਜਰੀ ਦੀ ਡਿਮਾਂਡ ਡੈਫੀਨੇਟਲੀ ਵੱਧ ਗਈ ਹੈ ਓਵਰ ਏ ਪੀਰੀਅਡ ਆਫ ਟਾਈਮ। ਇਸ ਤਰ੍ਹਾਂ ਦੀਆਂ ਅੱਜ ਕੱਲ੍ਹ ਪ੍ਰੋਬਲਮਸ ਆਉਂਦੀਆਂ, ਮੇਰਾ ਨੱਕ ਮੋਟਾ ਵਾ ਉਹਨੂੰ ਪਤਲਾ ਕਰ ਦਿਉ, ਮੇਰੀ ਚਿੰਨ ਛੋਟੀ ਆ ਉਹਨੂੰ ਵੱਡੀ ਕਰ ਦਿਉ। ਕੋਸਮੈਟਿਕ ਸਰਜਰੀ ਦੂਜੀਆਂ ਸਰਜਰੀਜ਼ ਨਾਲੋਂ ਡਿਫਰੈਂਟ ਇੱਦਾਂ ਹੈ ਕਿ ਦੂਜੀਆਂ ਸਰਜਰੀਜ਼ ਦੇ ਵਿੱਚ ਸਾਡੇ ਕੋਲ ਖਰਾਬ ਚੀਜ਼ ਆਉਂਦੀ ਹੈ ਅਤੇ ਅਸੀਂ ਉਹਨੂੰ ਠੀਕ ਕਰਨਾ। ਕੋਸਮੈਟਿਕ ਸਰਜਰੀ ਸ਼ੁੱਡ ਨਾਟ ਬੀ ਟੇਕਨ ਲਾਈਟਲੀ। ਕੋਸਮੈਟਿਕ ਸਰਜਰੀ ਬਹੁਤ ਸੀਰੀਅਸ ਬਿਜ਼ਨਸ ਹੈਗਾ। ਕੋਸਮੈਟਿਕ ਸਰਜਰੀ ਆਈ ਥਿੰਕ ਮੇਰੀ ਆਡੀਅੰਸ ਵੀ ਅੰਡਰਸਟੈਂਡ ਕਰ ਰਹੀ ਹੈ, ਕਿ ਸਰ ਦੱਸ ਰਹੇ ਨੇ ਮੂੰਹ ਪਤਲਾ ਕਰ ਦਿਓ, ਕਰਵ ਬੈਟਰ ਕਰ ਦਿਓ, ਨੋਜ਼ ਇਹਨੂੰ ਛੋਟਾ ਕਰ ਦਿਓ, ਵੱਡਾ ਕਰ ਦਿਓ। ਸੋ ਵਟ ਐਵਰ ਚੇਂਜ ਯੂ ਵਾਂਟ ਇਨ ਯੂਰ ਬੋਡੀ, ਰਾਈਟ, ਇਨ ਟਰਮਸ ਆਫ ਆਊਟਰ ਸਕਿਨ, ਇਜ਼ ਇਟ? ਨੋ ਨੋ, ਇਟਸ ਅ ਬੋਡੀ ਫਾਰਮ, ਇਟਸ ਨਾਟ ਓਨਲੀ ਆਊਟਰ ਸਕਿਨ। ਜਿਵੇਂ ਜੇ ਹੁਣ ਤੁਸੀਂ ਬ੍ਰੈਸਟ ਇੰਪਲਾਂਟਸ ਕਰਨੇ ਹਾਂ, ਤੇ ਦੈਟ ਇਜ਼ ਅ ਟੋਟਲੀ ਤੁਹਾਡੀ ਜਿਹੜੀ ਆ ਆਊਟਲੁੱਕ ਚੇਂਜ ਹੋ ਜਾਂਦੀ ਹੈ, ਤੁਹਾਡੀ ਕੌਨਫੀਡੈਂਸ ਲੈਵਲ ਜਿਹੜਾ ਉਹ ਚੇਂਜ ਹੋ ਜਾਂਦਾ। ਸੇਮ ਚੀਜ਼ ਲਾਈਪੋਸਕਸ਼ਨ ਹੈ, ਕੋਈ ਤੁਸੀਂ ਚਿੰਨ ਡਬਲ ਚਿੰਨ ਹੈਗੀ ਆ ਉਹਦੀ ਲਾਈਪੋਸਕਸ਼ਨ ਕਰਕੇ ਤੁਸੀਂ ਚਿੰਨ ਨੂੰ ਜੇ ਪ੍ਰੋਪਰ ਸ਼ੇਪ ਦੇ ਦਿੰਦੇ ਹੋ ਤੇ ਉਹਦੇ ਨਾਲ ਲੁਕਸ ਦੀ ਇੰਪਰੂਵਮੈਂਟ ਦੇ ਨਾਲ ਡੈਫੀਨੇਟਲੀ ਸੈਲਫ ਕੌਨਫੀਡੈਂਸ ਵੱਧਦਾ। ਬਟ ਐਟ ਦ ਸੇਮ ਟਾਈਮ ਸਾਡੀਆਂ ਐਕਸਪੈਕਟੇਸ਼ਨ ਜਿਹੜੀਆਂ ਨੇ ਉਹ ਰੀਅਲਿਸਟਿਕ ਹੋਣੀਆਂ ਚਾਹੀਦੀਆਂ। ਕਿਸ ਹੱਦ ਤੱਕ ਇਟ ਇਜ਼ ਅਲਾਊਡ ਕਿ ਯੂ ਕੈਨ ਡੂ ਦਿਸ? ਇਟਸ ਲਾਈਕ ਇਟਸ ਅਲਾਊਡ ਇਨ ਆਰ ਕੰਟਰੀ? ਇਟ ਇਜ਼ ਅਲਾਊਡ ਇਨ ਆਰ ਕੰਟਰੀ ਐਂਡ ਬੇਸਿਕਲੀ ਇਹ ਟੋਟਲੀ ਡਿਮਾਂਡ ਬੇਸਡ ਹੈ। ਨੱਕ ਦੀ ਕੋਈ ਸ਼ੇਪ ਹੋ ਸਕਦਾ, ਮੇਰਾ ਨੱਕ ਮੋਟਾ ਮੈਨੂੰ ਕੋਈ ਪਰਵਾਹ ਹੀ ਨਾ ਹੋਵੇ, ਬਟ ਸੇਮ ਸ਼ੇਪ ਕਿਸੇ ਦੂਸਰੇ ਬੰਦੇ ਦੀ ਹੋਵੇ ਤਾਂ ਉਹ ਬਹੁਤ ਜ਼ਿਆਦਾ ਕੌਨਸ਼ੀਅਸ ਹੋਵੇ ਇਹਦੇ ਬਾਰੇ 'ਚ, ਉਹ ਇੰਨਾ ਕੁ ਉਹ ਵਰੀਡ ਹੋਵੇ, ਹੀ ਇਜ਼ ਵਿਲਿੰਗ ਟੂ ਅੰਡਰਗੋ ਸਰਜਰੀ ਫੋਰ ਦੈਟ। ਸੋ ਇਟਸ ਟੋਟਲੀ ਡਿਮਾਂਡ ਬੇਸਡ। ਬਟ ਐਟ ਦ ਸੇਮ ਟਾਈਮ ਜਿਹੜਾ ਕੋਸਮੈਟਿਕ ਸਰਜਨ ਹੈ ਉਹਦੀ ਇਹ ਰਿਸਪੋਂਸੀਬਿਲਟੀ ਹੈ ਕਿ ਉਹ ਦੇਖੇ ਕਿ ਜਿਹੜੀਆਂ ਇਹ ਐਕਸਪੈਕਟੇਸ਼ਨਸ ਹੈਗੀਆਂ ਨੇ ਰੀਅਲਿਸਟਿਕ ਹੈਗੀਆਂ ਕਿ ਨਹੀਂ ਹੈਗੀਆਂ। ਜੇ ਉਹ ਰੀਅਲਿਸਟਿਕ ਹੈਗੀਆਂ ਨੇ ਉਹ ਅਚੀਵ ਹੋ ਸਕਦੀਆਂ ਨੇ ਤਾਂ ਹੀ ਉਹ ਪ੍ਰੋਸੀਜਰ ਕਰੇ। ਸੋ ਕੋਸਮੈਟਿਕ ਸਰਜਰੀਜ਼ ਨੂੰ ਹੋਰ ਡੈਪਥ ਵਿੱਚ ਜਾਣਨ ਲਈ, ਇਹਦੀ ਫੈਲੋਸ਼ਿਪ ਕਰਨ ਲਈ ਯੂ ਹੈਵ ਬੀਨ ਟੂ ਯੂਨਾਈਟਿਡ ਸਟੇਟਸ। ਸੋ ਹਾਊ ਵਾਸ ਯੋਰ ਐਕਸਪੀਰੀਅੰਸ? ਦੈਟ ਵਾਸ ਮਾਈ ਫਸਟ ਵਿਜ਼ਿਟ ਟੂ US। ਮੈਂ ਪਹਿਲਾਂ ਉਸ ਤੋਂ ਹੋਰ ਕੰਟਰੀਜ਼ ਦੇ ਵਿੱਚ ਤਾਂ ਗਿਆ ਹੋਇਆ ਸੀਗਾ, ਬਟ ਕੋਸਮੈਟਿਕ ਸਰਜਰੀ ਵਾਸਤੇ ਜਦੋਂ ਮੈਂ ਗਿਆ ਫੈਲੋਸ਼ਿਪ ਵਾਸਤੇ ਤਾਂ ਦੈਟ ਵਾਸ ਮਾਈ ਫਸਟ ਵਿਜ਼ਿਟ ਟੂ US। 2008 ਆਈ ਵੈਂਟ ਓਵਰ ਦੇਅਰ। ਸੋ ਉਸ ਟਾਈਮ ਦੇ ਉੱਤੇ ਉੱਥੇ ਜਿਹੜੀ ਡਿਮਾਂਡ ਸੀ ਕੋਸਮੈਟਿਕ ਸਰਜਰੀਜ਼ ਦੀ ਉਹ ਕਾਫੀ ਜ਼ਿਆਦਾ ਸੀਗੀ, ਜਦਕਿ ਇੱਥੇ ਜਸਟ ਪਿਕਅਪ ਹੋਣੀ ਸ਼ੁਰੂ ਹੋਈ ਸੀ। ਉੱਥੋਂ ਦੇ ਲੋਕਾਂ ਦੇ ਲਾਈਫ ਨੂੰ ਆਊਟਲੁੱਕ ਜਿਹੜੀ ਆ ਉਹ ਡਿਫਰੈਂਟ ਹੈ। ਉੱਥੇ ਵੀ ਯੂਜ਼ ਟੂ ਸੀ 70 ਸਾਲ ਦੀ ਲੇਡੀ ਵੀ ਆ ਰਹੀ ਹੈ ਫੇਸ ਲਿਫਟ ਵਾਸਤੇ, 60 ਸਾਲ ਦੀ ਲੇਡੀ ਟਮੀ ਟਪ ਵਾਸਤੇ ਆ ਰਹੀ ਹੈ, ਬਿਕੋਜ਼ ਉੱਥੇ ਇਹਨਾਂ ਚੀਜ਼ਾਂ ਦੀ ਡਿਮਾਂਡ ਜ਼ਿਆਦਾ। ਐਂਡ ਉੱਥੇ ਲੋਕ ਜਿਹੜੇ ਨੇ ਉਹ ਪਹਿਲਾਂ ਪਲੈਨ ਕਰਦੇ ਨੇ, ਫਿਰ ਆਪਣੀ ਸੇਵਿੰਗਸ ਕਰਦੇ ਨੇ ਅਤੇ ਫਿਰ ਉਹ ਸਰਜਰੀ ਕਰਵਾਉਂਦੇ ਨੇ। ਸਾਡੇ ਜਿਹੜਾ ਸਾਡੇ ਉਹ ਚੀਜ਼ਾਂ ਮਿਸਿੰਗ ਹੈਗੀਆਂ। ਸਾਡਾ ਯੂਥ ਜਿਹੜਾ ਨਾ ਉਹ ਸਿਰਫ ਪਲੈਨ ਕਰ ਲੈਂਦਾ ਕਿ ਹਾਂ ਮੈਂ ਸਰਜਰੀ ਕਰਵਾਉਣੀ ਆ, ਮੇਰਾ ਨੱਕ ਜਿਹੜਾ ਨਾ ਇੱਦਾਂ ਦਾ ਹੋਣਾ ਚਾਹੀਦਾ, ਉਹਦੇ ਵਾਸਤੇ ਪੈਸੇ ਕਿੱਥੋਂ ਆਉਣਗੇ? ਮੰਮੀ ਡੈਡੀ ਦੇਣਗੇ। ਬਟ ਅਦਰਵਾਈਜ਼ ਡਿਮਾਂਡ ਇਜ਼ ਪਿਕਿੰਗ ਅਪ ਐਂਡ
ਜਿਹੜੀ ਸਾਨੂੰ ਖਿਆਲ ਰੱਖਣਾ ਚਾਹੀਦਾ ਕਿ ਕੁਆਲੀਫਾਈਡ ਜਿਹੜੇ ਕੋਸਮੈਟਿਕ ਸਰਜਨਸ ਨੇ ਉਹਨਾਂ ਦੇ ਕੋਲੋਂ ਜਿਹੜੇ ਪ੍ਰੋਪਰ ਵੈਲ ਇਕਵਿਪਡ ਹੋਸਪਿਟਲਸ ਨੇ ਉਹਨਾਂ ਦੇ ਵਿੱਚ ਜੇ ਅਸੀਂ ਸਰਜਰੀ ਕਰਵਾਉਂਦੇ ਹਾਂ ਹੋ ਸਕਦਾ ਕਿ ਉਹ ਇਨੀਸ਼ੀਅਲ ਕੋਸਟ ਉਹਦੀ ਸਾਨੂੰ ਥੋੜ੍ਹੀ ਜ਼ਿਆਦਾ ਲੱਗੇ ਪਰ ਲੌਂਗ ਟਰਮ ਦੇ ਵਿੱਚ ਉਹ ਬੈਨੀਫਿਸ਼ੀਅਲ ਰਹਿੰਦਾ ਕਿਉਂਕਿ ਕੋਸਮੈਟਿਕ ਸਰਜਰੀ ਇੱਕ ਵਾਰੀ ਜਿਹੜੀ ਗਲਤ ਚੱਲ ਜਾਂਦੀ ਹੈ ਉਹਨੂੰ ਦੁਬਾਰਾ ਠੀਕ ਕਰਨਾ ਜ਼ਿਆਦਾ ਡਿਫੀਕਲਟ ਹੋ ਜਾਂਦਾ ਐਸ ਕੰਪੇਅਰ ਟੂ ਪਹਿਲੀ ਐਂਡ ਐਟ ਟਾਈਮਸ ਤੁਸੀਂ ਇੱਕ ਨੋਰਮਲ ਨੂੰ ਇੰਪਰੂਵ ਕਰਨ ਦੀ ਬਜਾਏ ਯੂ ਮੇ ਐਂਡ ਅਪ ਵਰਸ ਦੈਨ ਦੈਟ ਸੋ ਇਸ ਕਰਕੇ ਪ੍ਰੋਪਰ ਸਿਲੈਕਸ਼ਨ ਜਿਹੜੀ ਹੈ ਪੇਸ਼ੈਂਟ ਵਾਸਤੇ ਇੱਕ ਸਰਜਨ ਦੀ ਪ੍ਰੋਪਰ ਸਿਲੈਕਸ਼ਨ ਐਂਡ ਸਰਜਨ ਵਾਸਤੇ ਇੱਕ ਪੇਸ਼ੈਂਟ ਦੀ ਪ੍ਰੋਪਰ ਸਿਲੈਕਸ਼ਨ ਦੋਨੋਂ ਚੀਜ਼ਾਂ ਇੰਪੋਰਟੈਂਟ ਹੈ ਰਾਈਟ ਸੋ ਬ੍ਰੇਨ ਡਰੇਨ ਇਜ਼ ਵਨ ਇਸ਼ੂ ਇਨ ਪੰਜਾਬ ਐਂਡ ਐਵਰੀਬਡੀ ਵਾਂਟਸ ਟੂ ਮੂਵ ਆਊਟ ਸੋ ਗੁੱਡ ਇਨ ਯੂਅਰ ਪ੍ਰੋਫੈਸ਼ਨ ਕਿ ਤੁਹਾਡੇ ਕੁਲੀਗਸ ਵੀ ਤੁਹਾਨੂੰ ਸਪੈਸ਼ਲੀ ਰੈਫਰ ਕਰ ਰਹੇ ਮੈਨੂੰ ਕਿ ਸਰ ਨੂੰ ਤੁਸੀਂ ਸੁਣੋ ਰਾਈਟ ਸੋ ਇੰਨੀ ਅੱਛੀ ਬੈਕਗਰਾਊਂਡ ਇੰਨੇ ਪੁਰਾਣੇ ਸਮੇਂ ਵਿੱਚ ਯੂ ਹੈਵ ਸਟੱਡੀਡ ਵੈਲ ਪੜ੍ਹਾਈ ਤੋਂ ਉੱਪਰ ਵੀ ਪੜ੍ਹਾਈ ਕੀਤੀ ਕਦੀ ਮਨ 'ਚ ਇਹ ਨਹੀਂ ਆਇਆ ਕਿ ਮੈਂ ਕੈਨੇਡਾ ਯੂ ਐਸ ਚਲ ਜਾਂ ਆਈ ਲਵ ਮਾਈ ਸਿਟੀ ਐਂਡ ਆਈ ਲਵ ਮਾਈ ਵਰਕ ਆਲਸੋ ਮੈਨੂੰ ਜਿਵੇਂ ਤੁਸੀਂ ਪਹਿਲਾਂ ਮੈਨੂੰ ਪੁੱਛਿਆ ਨਾ ਜੇ ਤੁਸੀਂ ਸਰਜਨ ਨਾ ਹੁੰਦੇ ਤਾਂ ਕੀ ਹੁੰਦੇ ਮੇ ਬੀ ਇਨੀਸ਼ੀਅਲੀ ਸ਼ਾਇਦ ਕੁਛ ਹੋਰ ਚੁਣ ਲਿਆ ਹੁੰਦਾ ਬਟ ਹੁਣ ਰਿਟਰੋਸਪੈਕਟਿਵਲੀ ਥਿੰਕਿੰਗ ਮੈਨੂੰ ਇਹ ਲੱਗਦਾ ਕਿ ਜੇ ਕੁਛ ਹੋਰ ਕਿਸੇ ਬ੍ਰਾਂਚ 'ਚ ਗਿਆ ਹੁੰਦਾ ਤਾਂ ਸ਼ਾਇਦ ਮੈਂ ਇੰਨਾ ਸੈਟਿਸਫਾਈਡ ਨਾ ਹੁੰਦਾ ਤੁਹਾਡੇ ਵਾਸਤੇ ਤੁਹਾਡਾ ਮੈਂਟਲ ਪੀਸ ਤੁਹਾਡੀ ਮੈਂਟਲ ਸੈਟਿਸਫੈਕਸ਼ਨ ਜੋਬ ਸੈਟਿਸਫੈਕਸ਼ਨ ਦੈਟ ਇਜ਼ ਵੈਰੀ ਇੰਪੋਰਟੈਂਟ ਜੇ ਤੁਸੀਂ ਬਾਹਰ ਜਾ ਕੇ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹ ਕਰ ਪਾ ਰਹੇ ਹੋ ਲਾਈਫ ਦੇ ਵਿੱਚ ਤੁਹਾਡੇ ਕੰਟੈਂਟਮੈਂਟ ਆ ਗਈ ਹੈ ਦੈਨ ਇਟਸ ਗੁੱਡ ਠੀਕ ਹੈ ਯੂ ਆਰ ਹੈਪੀ ਗੋਇੰਗ ਦੇਅਰ ਬਟ ਜੇ ਤੁਸੀਂ ਤੁਹਾਨੂੰ ਲੱਗਦਾ ਉੱਥੇ ਜਾ ਕੇ ਮੈਂ ਕਈ ਬਾਹਰ ਕਿੰਨੇ ਕੰਟਰੀਜ਼ 'ਚ ਗਿਆ ਮੈਂ ਕਈ ਲੋਕਾਂ ਨੂੰ ਉੱਥੇ ਮਿਲਿਆ ਜਿਹੜੇ ਕਿੰਨੀ ਕਿੰਨੀ ਦੇਰ ਤੋਂ ਉੱਥੇ ਸੈਟਲਡ ਹੈਗੇ ਨੇ ਉਹ ਉਹਨਾਂ ਨੂੰ ਪੁੱਛੋ ਅਤੇ ਉਹ ਕਹਿੰਦੇ ਨੇ ਜੇ ਸਾਨੂੰ ਚਾਂਸ ਮਿਲੇ ਤਾਂ ਅਸੀਂ ਇੰਡੀਆ ਵਾਪਸ ਚੱਲ ਜਾਈਏ ਸੋ ਇਫ ਜੇ ਤੁਹਾਡੇ ਦਿਮਾਗ 'ਚ ਉਹ ਚੀਜ਼ ਰਹਿਣੀ ਹੈ ਦੈਨ ਦੇਰ ਇਜ਼ ਨੋ ਪੁਆਇੰਟ ਇਨ ਗੋਇੰਗ ਬਾਹਰ ਜਾਣ ਦੇ ਆਪਣੇ ਆਪਣੇ ਫਾਇਦੇ ਨੇ ਆਪਣੇ ਆਪਣੇ ਨੁਕਸਾਨ ਨੇ ਤੁਸੀਂ ਬਿਲਕੁਲ ਉਹ ਆਨਸਰ ਦਿੱਤਾ ਜੋ ਮੈਂ ਹਰ ਇੱਕ ਨੂੰ ਕਹਿੰਦੀ ਹਾਂ ਕਿ ਜਿੱਥੇ ਰਹਿਣਾ ਖੁਸ਼ ਰਹੋ ਬਿਲਕੁਲ ਮਤਲਬ ਜੇ ਖੁਸ਼ੀ 'ਤੇ ਕੰਪਰੋਮਾਈਜ਼ ਹੋ ਰਿਹਾ ਫਿਰ ਤਾਂ ਕੋਈ ਫਾਇਦਾ ਨਹੀਂ ਹੈ ਮਤਲਬ ਯੂ ਹੈਵ ਟੂ ਬੀ 100% ਸੈਟਿਸਫਾਈਡ ਵਾਈਲ ਚੂਜ਼ਿੰਗ ਲੋਕੇਸ਼ਨ ਬ੍ਰੇਨ ਡਰੇਨ ਦਾ ਇਸ਼ੂ ਨਹੀਂ ਹੈਗਾ ਜ਼ਿਆਦਾ ਇਸ਼ੂ ਇਹੀ ਆ ਕਿਉਂਕਿ ਕਾਇਨਾਤ ਸਾਰੀ ਰੱਬ ਨੇ ਬਣਾਈ ਤੁਸੀਂ ਕਿਤੇ ਵੀ ਰਹਿ ਸਕਦੇ ਹੋ ਹੈ ਨਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਰੱਬ ਨੇ ਇੰਡੀਆ ਵਧੀਆ ਬਣਾਇਆ ਜਿਹੜੇ ਆਜ ਤੱਕ ਲੋਕ ਆ ਅਤੇ ਉਹ ਨਹੀਂ ਵਧੀਆ ਹੈਗਾ ਰਾਈਟ ਬਟ ਐਟਲੀਸਟ ਤੁਹਾਨੂੰ ਆਪਣੀ ਸੋਲ ਦੇ ਨਾਲ ਓਨੈਸਟ ਹੋਣਾ ਚਾਹੀਦਾ ਕਿ ਜੋ ਉਹਦਾ ਮਨ ਕਰ ਰਿਹਾ ਤੁਸੀਂ ਉਹ ਬੇਸਿਕਲੀ ਕੀ ਹੋ ਰਿਹਾ ਸਾਡੇ ਪ੍ਰੋਬਲਮਸ ਕਿਉਂ ਇਸ ਤਰ੍ਹਾਂ ਜ਼ਿਆਦਾ ਆ ਰਹੀਆਂ ਹੈਗੀਆਂ ਨੇ ਅਸੀਂ ਬੜੇ ਸਟੀਰੀਓਟਾਈਪਡ ਨੇਚਰ ਦੇ ਹੈਗੇ ਹਾਂ ਸਿਟੀਜ਼ਨਸ ਬੱਚਾ ਕੋਈ ਪੜ੍ਹਨ ਵਾਲਾ ਚੰਗਾ ਹੈਗਾ ਉਹਨੂੰ ਕਹਿੰਦੇ ਚੱਲ ਤੇਰੇ ਨੰਬਰ ਚੰਗੇ ਆ ਗਏ ਚੱਲ ਡਾਕਟਰ ਬਣ ਜਾ ਤੇਰੇ ਨੰਬਰ ਅੱਛਾ ਤੇਰੇ ਥੋੜ੍ਹੇ ਜਿਹੇ ਘੱਟ ਰਹਿ ਗਏ ਕੋਈ ਗੱਲ ਨਹੀਂ ਇੰਜੀਨੀਅਰ ਬਣ ਜਾ ਔਰ ਜਿਹੜੇ ਕੋਈ ਉਸ ਤੋਂ ਇਲਾਵਾ ਅੱਜ ਤੋਂ ਸੇ ਫਿਊ ਈਅਰਸ ਬੈਕ ਤੱਕ ਉਸ ਤੋਂ ਇਲਾਵਾ ਕੋਈ ਸਪੈਸ਼ਲਿਟੀ ਨਹੀਂ ਸੀ ਕਿਸੇ ਨੂੰ ਨਜ਼ਰ ਆਉਂਦੀ ਅਸੀਂ ਉਹ ਕੰਸੈਪਟ ਨੂੰ ਭੁੱਲ ਗਏ ਕਿ ਕੰਮ ਚਾਹੇ ਕੋਈ ਵੀ ਹੋਵੇ ਜੇ ਤੁਸੀਂ ਉਹਨੂੰ ਚੰਗੀ ਤਰ੍ਹਾਂ ਕਰਦੇ ਹੋ ਤੇ ਤੁਸੀਂ ਉਹਦੇ ਵਿੱਚ ਐਕਸੈਲ ਕਰ ਸਕਦੇ ਹੋ ਮੇਰੀ ਬੇਟੀ ਨੇ ਜਦੋਂ ਮੈਨੂੰ ਕਿਹਾ ਵੀ ਮੈਂ ਡਾਕਟਰ ਮੈਡੀਕਲ ਨਹੀਂ ਲੈਣੀ ਮੈਂ ਉਹਨੂੰ ਇੱਕ ਵਾਰੀ ਵੀ ਨਹੀਂ ਕਿਹਾ ਕਿ ਤੂੰ ਡਾਕਟਰ ਬਣ ਹਾਲਾਂਕਿ ਸ਼ੀ ਵਾਜ਼ ਵਨ ਆਫ ਦਾ ਟੋਪਰਸ ਇਨ ਸਕੂਲ ਮੈਂ ਪਰ ਮੈਂ ਉਹਨੂੰ ਕਦੀ ਨਹੀਂ ਕਿਹਾ ਵੀ ਤੂੰ ਡਾਕਟਰ ਬਣ ਜਿਹੜਾ ਵੀ ਕੋਈ ਬੱਚਾ ਮੇਰੇ ਕੋਲ ਮੇਰੇ ਨਾਲ ਗੱਲ ਕਰਦਾ ਮੈਂ ਉਹਨੂੰ ਇੱਕੋ ਚੀਜ਼ ਕਹਿੰਦਾ ਕਿ ਜੋ ਮਰਜ਼ੀ ਕਰੋ ਪਰ ਜੋ ਵੀ ਕਰੋ ਆਪਣਾ ਮਨ ਲਗਾ ਕੇ ਕਰੋ ਵਟ ਐਵਰ ਯੂ ਡੂ ਗਿਵ ਯੂਰ 100 ਨਾਟ ਓਨਲੀ 100% ਗਿਵ ਯੂਰ 110% ਟੂ ਇਟ ਯੈਸ ਯੈਸ ਸੋ ਯੂ ਨੋ ਇੰਨਾ ਤੁਸੀਂ ਡੇਲੀ ਪੇਨ ਹੀ ਦੇਖਦੇ ਹੋ ਹੈਪੀਨੈਸ ਵੀ ਦੇਖਦੇ ਹੋ ਜਦੋਂ ਫਾਈਨਲੀ ਠੀਕ ਹੋ ਜਾਂਦਾ ਤੁਹਾਡਾ ਪੇਸ਼ੈਂਟ ਜਿੱਥੇ ਤੁਸੀਂ ਬੈਠੇ ਹੋ ਉੱਥੇ ਸਾਰੀ ਦੁਨੀਆ ਨਹੀਂ ਬੈਠੀ ਅਸੀਂ ਹੈ ਨਾ ਸਭ ਮੇਰੇ ਵਰਗੇ ਦੇ ਹੋਸਪਿਟਲ 'ਚ ਪੂਰੇ ਜ਼ਿੰਦਗੀ 'ਚ 10 ਵਾਰੀ ਗਏ ਹੋਣੇ ਆ ਰਾਈਟ ਤੁਸੀਂ ਰੋਜ਼ ਉੱਥੇ ਰਹਿੰਦੇ ਹੋ ਸੋ ਅਲਟੀਮੇਟਲੀ ਕੀ ਨਿਚੋੜ ਕੱਢਿਆ ਕਿ ਸਕਸੈਸ ਕੀ ਆ ਸਕਸੈਸ ਜੇ ਤੁਸੀਂ ਆਪਣਾ ਕੰਮ ਇਮਾਨਦਾਰੀ ਨਾਲ ਕਰ ਰਹੇ ਹੋ ਤੁਸੀਂ ਆਪਣੇ ਕੰਮ ਦੇ ਨਾਲ ਕਿਸੇ ਦੀ ਲਾਈਫ ਨੂੰ ਬੈਟਰ ਬਣਾ ਸਕਦੇ ਹੋ ਆਈ ਥਿੰਕ ਦੈਟ ਇਜ਼ ਸਕਸੈਸ ਦੈਨ ਸੈਟਿਸਫੈਕਸ਼ਨ ਇਸੇ ਚੀਜ਼ ਤੋਂ ਆਉਂਦੀ ਹੈ ਕਿ ਤੁਸੀਂ ਕਿਸੇ ਦੀ ਲਾਈਫ ਨੂੰ ਕਿਵੇਂ ਬੈਟਰ ਬਣਾ ਸਕਦੇ ਹੋ ਐਂਡ ਦੈਟ ਇਜ਼ ਨੋਟ ਓਨਲੀ ਕਿ ਤੁਸੀਂ ਸਿਰਫ ਸਰਜਰੀ ਕਰਕੇ ਕਿਸੇ ਦੀ ਲਾਈਫ ਨੂੰ ਬੈਟਰ ਬਣਾ ਸਕਦੇ ਹੋ ਮੇ ਬੀ ਕੋਈ ਤੁਹਾਡਾ ਕੁਲੀਗ ਹੈ ਹੀ ਇਜ਼ ਇਨ ਸਮ ਕਾਇੰਡ ਆਫ ਏ ਪ੍ਰੋਬਲਮ ਹੀ ਨੀਡਸ ਹੈਲਪ ਹੀ ਨੀਡਸ ਸਮ ਕਾਉਂਸਲਿੰਗ ਤੁਸੀਂ ਕਿਸੇ ਦੀ ਕੱਲ੍ਹ 5 ਮਿੰਟ ਬਹਿ ਕੇ ਆਰਾਮ ਨਾਲ ਸੁਣ ਵੀ ਲਓ ਅਤੇ ਹੋ ਸਕਦਾ ਅਗਲੇ ਦੀ ਅੱਧੀ ਤਕਲੀਫ ਦੂਰ ਹੋ ਜਾਵੇ ਕਈ ਵਾਰ ਨਾ ਜਿਹੜੀ ਨਿਊ ਜਨਰੇਸ਼ਨ ਆ ਖਾਸ ਕਰਕੇ ਰਿਲੀਜਨ ਤੋਂ ਬੜੀ ਦੂਰ ਹੋਈ ਜਾ ਰਹੀ ਉਹਨੂੰ ਲੱਗਦਾ ਕਿ ਰੱਬ ਸ਼ਾਇਦ ਨਹੀਂ ਹੁੰਦਾ ਸਭ ਕੁਝ ਸਾਇੰਟਿਫਿਕ ਹੀ ਆ ਹੈ ਨਾ ਇਨ ਯੋਰ ਪ੍ਰੋਫੈਸ਼ਨ ਵਟ ਡੂ ਡਾਕਟਰਸ ਬਿਲੀਵ ਥਿੰਗਸ ਆਰ ਟੈਕਨੀਕਲ
ਕਿਤਨ ਲੱਗਦਾ ਕਿ देयर इज अ ਸੁਪਰ ਪਾਵਰ ਮੈਨੂੰ ਇਹ ਲੱਗਦਾ ਕਿ ਮੋਸਟ ਆਫ ਦ ਡਾਕਟਰਸ ਐਂਡ ਸਪੈਸ਼ਲੀ ਦ ਸਰਜਨਸ ਆਈ ਫਰਮਲੀ ਬਲੀਵ ਦੈਟ देयर इज ਸਮ ਸੁਪਰਨੈਚਰਲ ਪਾਵਰ ਗਾਈਡਿੰਗ ਯੂ ਅਦਰਵਾਈਜ਼ ਇਟ ਇਜ਼ ਨਾਟ ਪੋਸੀਬਲ ਤੁਸੀਂ ਇੰਨੀਆਂ ਸਾਰੀਆਂ ਅਚੀਵਮੈਂਟਸ ਕਰ ਪਾਓ ਕੋਇਨਸੀਡੈਂਸਿਸ ਜਿਹੜੇ ਆ ਉਹ ਕਿਸੇ ਹੱਦ ਤੱਕ ਹੋ ਸਕਦੇ ਹੁੰਦੇ ਨੇ ਬਟ ਆਈ ਬਲੀਵ ਦੈਟ ਦੇਰ ਇਜ਼ ਨਥਿੰਗ ਲਾਈਕ ਕੋਇਨਸੀਡੈਂਸਿਸ ਐਵਰੀਥਿੰਗ ਇਜ਼ ਪ੍ਰੀ ਪਲੈਨਡ ਹੋ ਸਕਦਾ ਕਿ ਆਪਣਾ ਸੁਪਰਨੈਚਰਲ ਪਾਵਰਸ ਡੀਲ ਕਰ ਰਹੀਆਂ ਨੇ ਸਾਨੂੰ ਕੰਟਰੋਲ ਕਰ ਰਹੀਆਂ ਨੇ ਬਟ ਮੋਸਟ ਆਫ ਦ ਰਿਲੀਜਨ ਸਾਨੂੰ ਇਹ ਕਹਿ ਰਹੇ ਨੇ ਕਿ ਅਸੀਂ ਸਾਨੂੰ ਮਾੜੇ ਕੰਮਾਂ ਤੋਂ ਰੋਕ ਰਹੇ ਹਾਂ ਕਿਸੇ ਦਾ ਹੱਕ ਮਾਰਨ ਤੋਂ ਰੋਕ ਰਹੇ ਹਾਂ ਕਿਸੇ ਨਾਲ ਜਿਆਦਤੀ ਕਰਨ ਤੋਂ ਰੋਕ ਰਹੇ ਹਾਂ ਕਿਸੇ ਨਾਲ ਧੋਖਾ ਕਰਨ ਤੋਂ ਰੋਕ ਰਹੇ ਹਾਂ ਉਹ ਚਾਹੇ ਕੋਈ ਵੀ ਰਿਲੀਜਨ ਹੋਵੇ ਚਾਹੇ ਅਸੀਂ ਰਿਲੀਜਨ 'ਚ ਬਲੀਵ ਕਰੀਏ ਚਾਹੇ ਨਾ ਬਲੀਵ ਕਰੀਏ ਜੇ ਅਸੀਂ ਉਹ ਪ੍ਰਿੰਸੀਪਲਸ ਨੂੰ ਮੰਨਣਾ ਸ਼ੁਰੂ ਕਰ ਦਿੰਦੇ ਹਾਂ ਹੋ ਸਕਦਾ ਕਿ ਵੈਸੇ ਸੁਸਾਇਟੀ ਜਿਹੜੀ ਆ ਉਹਦੇ 'ਚ ਵੈਸੇ ਹੀ ਇੰਨੀ ਇੰਪਰੂਵਮੈਂਟ ਹੋ ਜਾਏਗੀ ਕਿ ਸਾਨੂੰ ਬਹੁਤ ਸਾਰੀਆਂ ਰਿਲੀਜਨ ਦੀਆਂ ਸ਼ੌਪਸ ਦੀਆਂ ਜ਼ਰੂਰਤ ਨਹੀਂ ਪਏਗੀ ਅਦਰ ਦੈਨ ਯੂ ਨੋ ਯੂਅਰ ਪ੍ਰੋਫੈਸ਼ਨ ਯੂ ਆਰ ਅ ਡਾਕਟਰ ਯੂ ਆਰ ਅ ਸਰਜਨ ਉਹਨਾਂ ਨੂੰ ਸੀਰੀਅਸ ਡਾਕਟਰ ਕਹਿ ਸਕਦੇ ਹਾਂ ਆਪਾਂ ਜ਼ਿਆਦਾ ਸੀਰੀਅਸ ਡਾਕਟਰ ਸੋ ਮੈਂ ਸਾਨੂੰ ਕੁਸ਼ਚਨ ਨਹੀਂ ਇੱਦਾਂ ਦੇ ਪੁੱਛੇ ਕਿ ਥੋੜ੍ਹਾ ਜਿਹਾ ਕੈਜੂਅਲ ਹੋ ਕੇ ਵੀ ਗੱਲ ਕਰਨ ਅਤੇ ਅਦਰ ਦੈਨ ਦਿਸ ਵਾਟ ਯੂ ਲਾਈਕ ਟੂ ਡੂ ਜੇ ਤੁਸੀਂ ਸਾਰਾ ਪ੍ਰੋਫੈਸ਼ਨ ਇੱਕ ਪਾਸੇ ਛੱਡ ਦਿਓ ਕੰਮ ਛੱਡ ਦਿਓ ਸੋ ਵਾਟ ਡੂ ਯੂ ਲਾਈਕ ਰੀਡਿੰਗ ਇਜ਼ ਮਾਈ ਹੋਬੀ ਆਈ ਡੂ ਲਾਈਕ ਰੀਡਿੰਗ ਜਦੋਂ ਵੀ ਮੈਨੂੰ ਟਾਈਮ ਮਿਲੇ ਚਾਹੇ ਉਹ ਮੇਰੇ ਪ੍ਰੋਫੈਸ਼ਨ ਨਾਲ ਰਿਲੇਟਡ ਬੁੱਕਸ ਹੈ ਚਾਹੇ ਉਹ ਨਹੀਂ ਰਿਲੇਟਡ ਬੁੱਕਸ ਹੈਗੀਆਂ ਆਈ ਲਵ ਰੀਡਿੰਗ ਪਲੱਸ ਆਈ ਲਾਈਕ ਟੂ ਰਿਮੇਨ ਫਿੱਟ ਸੋ ਆਈ ਗੋ ਫੋਰ ਜੋਗਿੰਗ ਆਈ ਏ ਮੈਰਾਥਨ ਰਨਰ ਸਰ ਦੀਆਂ ਦੋ ਡਾਟਰਸ ਨੇ ਬੜੀਆਂ ਪਿਆਰੀਆਂ ਸਰ ਨੇ ਮੈਨੂੰ ਦੱਸਿਆ ਹੈ ਸੋ ਘਰ 'ਚ ਕਿੱਦਾਂ ਦਾ ਮਾਹੌਲ ਰਹਿੰਦਾ ਘਰ 'ਚ ਬਹੁਤ ਪਿਆਰ ਵਾਲਾ ਅਤੇ ਬਹੁਤ ਫਰੀਡਮ ਵਾਲਾ ਮਾਹੌਲ ਰਹਿੰਦਾ ਬਿਕੋਜ਼ ਯੂ ਆਰ ਅ ਡਾਕਟਰ ਐਂਡ ਯੂ ਹੈਵ ਡਾਟਰਸ ਇਟਸੈਲਫ ਅ ਮੈਸੇਜ ਜਿੱਦਾਂ ਦਾ ਮਾਹੌਲ ਆ ਸਾਡੇ ਪੰਜਾਬ ਦਾ ਸਾਡੇ ਕੰਟਰੀ ਦਾ ਜਿਹ 'ਚ ਸਾਡੀਆਂ ਡਾਟਰਸ ਦੀ ਰੇਸ਼ੀਓ ਇਹਨੂੰ ਬੜੀ ਬੁਰੀ ਤਰ੍ਹਾਂ ਡਿੱਗਦੀ ਹੈ ਅਤੇ ਡਾਟਰਸ ਨੂੰ ਵੀ ਅੱਗੇ ਲੈ ਕੇ ਆਉਣਾ ਵੀ ਇਹਨੂੰ ਬੜਾ ਟਫ ਆ ਬਟ ਯੂ ਹੈਵ ਡਾਟਰਸ ਯੂ ਆਰ ਡਾਕਟਰ ਇਸ ਲਈ ਮੈਨੂੰ ਇਹ ਸਵਾਲ ਤੁਹਾਡੇ ਲਈ ਸਪੈਸ਼ਲੀ ਆਇਆ ਮੈਨੂੰ ਬੜਾ ਮਤਲਬ ਪੱਕਾ ਬਿਲੀਫ ਹੈਗਾ ਕਿ ਜਿੰਨੀ ਦੇਰ ਤੱਕ ਅਸੀਂ ਡਾਟਰਸ ਨੂੰ ਪੜ੍ਹਾਵਾਂਗੇ ਨਹੀਂ ਉਹਨਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਨਹੀਂ ਹੋਣ ਦੇਵਾਂਗੇ ਉੱਨੀ ਦੇਰ ਤੱਕ ਸਾਡੀ ਜਿਹੜੀ ਮੇਲ ਟੂ ਫੀਮੇਲ ਰੇਸ਼ੋ ਆ ਕਦੀ ਕਰੈਕਟ ਨਹੀਂ ਹੋ ਸਕਦੀ ਮੈਂ ਆਪਣੀਆਂ ਬੇਟੀਆਂ ਨੂੰ ਕਦੀ ਆਪਣੇ ਬੇਟਿਆਂ ਤੋਂ ਘੱਟ ਨਹੀਂ ਸਮਝਿਆ ਬੇਸਿਕਲੀ ਮੇਰਾ ਮੋਟਿਵ ਇਹ ਹੁੰਦਾ ਕਿ ਅਸੀਂ ਕੁੜੀਆਂ ਨੂੰ ਇੰਨਾ ਪੜ੍ਹਾਈਏ ਅਤੇ ਉਹਨਾਂ ਨੂੰ ਇੰਨਾ ਸਕਿੱਲਡ ਕਰੀਏ ਕਿ ਉਹ ਮੇਲਸ ਦੇ ਉੱਤੇ ਡਿਪੈਂਡੈਂਟ ਨਾ ਹੋਣ ਚਾਹੇ ਉਹ ਮੈਰਿਜ ਤੋਂ ਬਾਅਦ 'ਚ ਕੰਮ ਕਰਨ ਨਾ ਕਰਨ ਜੋਬ ਕਰਨ ਨਾ ਕਰਨ ਕਮਾਈ ਕਰਨ ਨਾ ਕਰਨ ਪਰ ਉਹਨਾਂ ਦੇ ਵਿੱਚ ਇੰਨੀ ਸਕਿੱਲ ਹੋਣੀ ਚਾਹੀਦੀ ਹੈ ਕਿ ਲੋਡ ਪੈ ਜੇ ਤੇ ਜੇ ਲੋਡ ਪੈ ਜੇ ਖੁਦ ਉੱਠ ਜਾਣ ਤਾਂ ਉਹ ਖੁਦ ਉੱਠ ਜਾਣ ਵੈਰੀ ਨਾਈਸ ਤੇ ਇਹਨੂੰ ਪੇਰੈਂਟਸ ਦਾ ਬੜਾ ਰੋਲ ਹੁੰਦਾ ਜਿੱਥੇ ਵੀ ਅਸੀਂ ਅੱਜ ਪਹੁੰਚੇ ਹਾਂ ਇਟਸ ਆਲ ਬਿਕੋਜ਼ ਆਫ ਆਰ ਪੇਰੈਂਟਸ ਦੇਅਰ ਅਪਬ੍ਰਿੰਗਿੰਗ ਉਹਨਾਂ ਦੇ ਸੰਸਕਾਰ ਵਟ ਆਰ ਦਾ ਕੋਰ ਵੈਲਿਊਜ਼ ਔਰ ਦਾ ਬੇਸਿਕ ਥਿੰਗ ਦਾ ਬੈਸਟ ਥਿੰਗ ਯੂ ਲਰਨਡ ਫਰੋਮ ਯੂਰ ਪੇਰੈਂਟਸ ਕਿ ਜਿਹੜੇ ਤੁਸੀਂ ਫੋਲੋ ਕਰਦੇ ਹੋ ਵੈਲਿਊ ਆਫ ਹਾਰਡ ਵਰਕ ਐਂਡ ਵੈਲਿਊ ਆਫ ਐਜੂਕੇਸ਼ਨ ਤੁਸੀਂ ਇੰਨਾ ਕੁ ਹਾਰਡ ਵਰਕ ਕਰੋ ਐਂਡ ਇੰਨੀ ਕੁ ਆਪਣੀਆਂ ਸਕਿੱਲਸ ਗੇਨ ਕਰੋ ਕਿ ਕੋਈ ਵੀ ਤੁਹਾਨੂੰ ਰੋਕ ਨਾ ਸਕੇ ਤੁਹਾਡਾ ਕੰਮ ਕਰਨ ਤੋਂ ਦੈਟ ਇਜ਼ ਵਨ ਥਿੰਗ ਮਾਈ ਫਾਦਰ ਵਾਜ਼ ਇਨ ਐਜੂਕੇਸ਼ਨ ਡਿਪਾਰਟਮੈਂਟ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਰਹੇ ਕਾਫੀ ਸਾਰੇ ਡਿਸਟ੍ਰਿਕਟਸ ਦੇ ਵਿੱਚ ਉਹ ਉਹਨਾਂ ਦਾ ਇੱਕੋ ਇੱਕ ਹੁੰਦਾ ਸੀਗਾ ਕਿ ਮੇਰੇ ਬੱਚੇ ਜਿਹੜੇ ਨੇ ਜਿੰਨਾ ਵੀ ਪੜ੍ਹ ਸਕਦੇ ਆ ਪੜ੍ਹ ਜਾਣ ਜਦੋਂ ਮੈਂ ਐੱਮ ਐੱਸ ਕੀਤੀ ਤਾਂ ਮੈਂ ਆਲਰੇਡੀ ਮੈਰਿਡ ਸੀਗਾ ਮੇਰੀ ਵੱਡੀ ਵਾਲੀ ਡਾਟਰ ਵਾਜ਼ ਆਲਰੇਡੀ ਦੇਅਰ ਅਤੇ ਮੈਂ ਕਾਫੀ ਹੈਸੀਡੈਂਟ ਸੀਗਾ ਕਿ ਯਾਰ ਹੁਣ ਮੇਰੇ 'ਤੇ ਰਿਸਪੋਂਸੀਬਿਲਟੀਜ਼ ਹੈਗੀਆਂ ਨੇ ਅਤੇ ਮੈਂ ਐੱਮ ਸੀ ਐੱਚ ਕਰੂੰਗਾ 3 ਸਾਲ ਫਿਰ ਬੈਠੂੰਗਾ ਫੀਸ ਕਿੱਥੋਂ ਦੇਣੀ ਆ ਤਾਂ ਆਈ ਵੈਂਟ ਐਂਡ ਟਾਕ ਟੂ ਮਾਈ ਫਾਦਰ ਕਿ ਮੇਰਾ ਨਾ ਦਿਲ ਕਰਦਾ ਕਿ ਮੈਂ ਐੱਮ ਸੀ ਐੱਚ ਕਰ ਲਵਾਂ ਹੀ ਸੈਡ ਜੇ ਤੇਰਾ 1% ਵੀ ਮਨ ਹੈਗਾ ਪੜ੍ਹਨ ਦਾ ਤਾਂ ਪੜ੍ਹ ਲੈ ਸੋ ਦੈਟ ਵਾਜ਼ ਅ ਕਾਇੰਡ ਆਫ ਸਪੋਰਟ ਹੀ ਯੂਜ਼ ਟੂ ਗਿਵ ਸੇਮ ਅਬਾਊਟ ਮਾਈ ਮਦਰ ਉਹ ਆਪਣੇ ਟਾਈਮ ਦੇ ਉੱਤੇ ਦੇ ਵਰ ਵੈਲ ਐਜੂਕੇਟਿਡ ਬੋਥ ਮਾਈ ਫਾਦਰ ਐਂਡ ਮਾਈ ਮਦਰ ਐਂਡ ਉਹਨਾਂ ਦਾ ਹਮੇਸ਼ਾ ਹੀ ਇਹ ਰਿਹਾ ਕਿ ਤੁਸੀਂ ਜਿੰਨਾ ਪੜ੍ਹ ਸਕਦੇ ਹੋ ਪੜ੍ਹੋ ਚੰਗੀ ਤੋਂ ਚੰਗੀ ਟ੍ਰੇਨਿੰਗ ਕਰੋ ਲਾਈਕ ਜਦੋਂ ਮੈਂ ਮੈਡੀਕਲ ਕਾਲਜ ਜੁਆਇਨ ਕਰਨਾ ਸੀਗਾ ਅਤੇ ਮੈਨੂੰ ਗਵਰਨਮੈਂਟ ਕਾਲਜ 'ਚ ਵੀ ਸੀਟ ਮਿਲਦੀ ਸੀਗੀ ਸੀ ਐੱਮ ਸੀ 'ਚ ਵੀ ਸੀਟ ਮਿਲਦੀ ਸੀ ਸੀ ਐੱਮ ਸੀ ਉਸ ਟਾਈਮ ਦੇ ਉੱਤੇ ਇੰਡੀਆ ਦੇ ਟੋਪ ਕਾਲਜਿਸ ਦੇ ਵਿੱਚੋਂ ਹੁੰਦਾ ਸੀਗਾ ਸੀ ਐੱਮ ਸੀ ਲੁਧਿਆਣਾ ਪਰ ਉੱਥੇ ਫੀਸ ਜ਼ਿਆਦਾ ਸੀਗੀ ਮੈਂ ਇੱਕ ਵਾਰੀ ਬਸ ਆਪਣੇ ਮਦਰ ਨੂੰ ਕਿਹਾ ਕਿ ਮੈਂ ਤਾਂ ਸੀ ਐੱਮ ਸੀ ਜਾਣਾ ਹੈਗਾ
ਉਹਨਾਂ ਨੇ ਇੱਕ ਵਾਰੀ ਵੀ ਇਹ ਮੈਂਸ਼ਨ ਨਹੀਂ ਕੀਤਾ ਕਿ ਕਾਕਾ ਉੱਥੇ ਤਾਂ ਇੰਨੀ ਜ਼ਿਆਦਾ ਫੀਸ ਹੈਗੀ ਹੈ। ਇਹ ਨਹੀਂ ਹੈ, ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਆਹ ਹੀ ਚੀਜ਼ ਖਾਓ ਆਹ ਨਾ ਖਾਓ, ਜੋ ਤੁਹਾਡਾ ਦਿਲ ਕਰਦਾ ਖਾਓ, ਬਟ ਉਹਦੀ ਕੁਆਂਟਿਟੀ ਨੂੰ ਮਾਡਰੇਟ ਰੱਖੋ। ਜਿੰਨੀ ਭੁੱਖ ਹੈਗੀ ਆ ਓਨਾ ਖਾਓ, ਇਹ ਨਹੀਂ ਲਿਵ ਟੂ ਈਟ ਵਾਲਾ ਕੰਮ ਨਾ ਕਰੋ, ਈਟ ਟੂ ਲਿਵ ਵਾਲਾ ਕੰਮ ਕਰੋ। ਐਂਡ ਸੈਕਿੰਡ, ਥੋੜ੍ਹੀ ਬਹੁਤ ਫਿਜ਼ੀਕਲ ਐਕਟੀਵਿਟੀ ਡੈਫੀਨੇਟਲੀ ਆਪਣੇ ਲਾਈਫ ਦੇ ਜਿਹੜੇ ਡੇਲੀ ਰੂਟੀਨ ਦੇ ਵਿੱਚ ਲਿਆਓ, ਚਾਹੇ ਕਿਸੇ ਵੀ ਤਰ੍ਹਾਂ ਦੀ ਹੈ, ਚਾਹੇ ਉਹ ਵਾਕ ਹੈ, ਚਾਹੇ ਉਹ ਜਿਮ ਹੈ, ਚਾਹੇ ਉਹ ਜੋਗਿੰਗ ਹੈ, ਚਾਹੇ ਉਹ ਕੋਈ ਹੋਰ ਸਪੋਰਟ ਹੈ, ਕਿਸੇ ਤਰ੍ਹਾਂ ਦੀ ਫਿਜ਼ੀਕਲ ਐਕਟੀਵਿਟੀ ਜ਼ਰੂਰ। ਥੋੜ੍ਹਾ ਜਿਹਾ ਟਾਈਮ ਆਪਣੇ 24 ਘੰਟਿਆਂ 'ਚੋਂ ਜੇ ਤੁਸੀਂ ਅੱਧਾ ਪੌਣਾ ਘੰਟਾ ਵੀ ਰੋਜ਼ ਦਾ ਕੱਢ ਲੈਂਦੇ ਹੋ, ਡੈਫੀਨੇਟਲੀ। ਸੋ ਥੈਂਕ ਯੂ ਸੋ ਮੱਚ ਫੋਰ ਬੀਇੰਗ ਔਨ ਦ ਸ਼ੋਅ। ਥੈਂਕ ਯੂ ਮੈਮ ਫੋਰ ਕਾਲਿੰਗ ਮੀ ਐਂਡ ਹੋਸਟਿੰਗ ਮੀ। ਸੋ ਡਾਕਟਰ ਗੁਰਿੰਦਰ ਸਿੰਘ ਨਾਲ ਅੱਜ ਅਸੀਂ ਗੱਲ ਕੀਤੀ, ਹੀ ਇਜ਼ ਅ ਪਲਾਸਟਿਕ ਐਂਡ ਕੋਸਮੈਟਿਕ ਸਰਜਨ। ਬੜੀ ਸੀਰੀਅਸ ਜੋਬ ਆ, ਬੜਿਆਂ ਦੀ ਲਾਈਫ ਜਿਹੜੀ ਚੇਂਜ ਕਰਦੇ ਹੋਣੇ ਆ, ਬੜਿਆਂ ਦੇ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਉਂਦੇ ਹੋਣੇ ਆ। So we learned a lot of things from him today. I hope you liked the show. Thank you so much for watching Mandeep Kautarka Show.